ਸੋ ਪੰਜਾਬ ਦੇ ਅੰਦਰ ਜਿਹੜੇ ਕਿਸਾਨ ਜਥੇਬੰਦੀਆਂ ਧਰਨੇ ਤੇ ਬੈਠੀਆਂ ਹੈਗੀਆਂ ਨੇ, ਇਹ ਸਿਰਫ ਔਰ ਸਿਰਫ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਏਜੰਟ ਹੱਥ ਠੋਕੇ ਬਣ ਕੇ ਕੰਮ ਕਰ ਰਹੀਆਂ ਨੇ? ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਜਾਬਤਾ ਲੱਗਿਆ ਹੋਇਆ ਹੈ, ਦਿੱਲੀ ਦੇ ਵਿੱਚ ਕੋਈ ਸਰਕਾਰ ਕਾਬਿਜ਼ ਨਹੀਂ ਹੈਗੀ ਅਤੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਸਰਕਾਰ ਨਹੀਂ ਹੈਗੀ। ਲੇਕਿਨ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਡੈਮੋਕ੍ਰੇਸੀ ਦਾ ਘਾਣ ਨਜ਼ਰ ਆਉਂਦਾ ਪਿਆ। ਇੱਕ ਪਰਟੀਕੁਲਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਜਿਸ ਦੇ ਆਗੂ ਜਿੱਥੇ ਵੀ ਜਾਂਦੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ, ਉਹਨਾਂ ਦੇ ਜਿੱਥੇ ਰੈਲੀ ਹੁੰਦੀ ਹੈ, ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਜਾ ਕੇ ਲੋਕ ਵਿਰੋਧ ਕਰ ਰਹੇ ਨੇ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਹਿ ਲਓ ਤੁਸੀਂ ਕਿ ਪ੍ਰਚਾਰ ਕਰਨਾ ਮੁਸ਼ਕਿਲ ਹੋ ਰਿਹਾ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਨਾਰਾਜ਼ਗੀ ਚੱਲ ਰਹੀ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਵਿਨੀਤ ਜੋਸ਼ੀ ਜੀ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਅਤੇ ਮੀਡੀਆ ਵਿੰਗ ਦੇ ਤੁਸੀਂ ਕਹਿ ਲਓ ਪੁਆਇੰਟ ਆਫ ਪਰਸਨ ਵੀ ਹੈਗੇ ਨੇ। ਜੋਸ਼ੀ ਜੀ, ਪਹਿਲਾਂ ਤਾਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ, ਤੁਹਾਡਾ ਚੋਣ ਪ੍ਰਚਾਰ ਵੀ ਜ਼ੋਰ ਸ਼ੋਰ 'ਤੇ ਹੋ ਰਿਹਾ, ਲੇਕਿਨ ਇਹ ਜਿਹੜਾ ਵਿਰੋਧ ਹੋ ਰਿਹਾ ਉਸਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਵਿਰੋਧ ਕਰਨਾ ਰਾਜਨੀਤੀ ਜਾਂ ਪ੍ਰਜਾਤੰਤਰ ਦੇ ਅੰਦਰ ਹਰ ਕਿਸੇ ਦਾ ਅਖਤਿਆਰ ਹੈ, ਹੱਕ ਹੈਗਾ। ਵਿਰੋਧ ਕਰੋ, ਅਸੀਂ ਰੋਕਦੇ ਨਹੀਂ ਹਾਂ, ਤੁਸੀਂ ਆਪਣੀ ਗੱਲਾਂ ਰੱਖੋ, ਅਸੀਂ ਆਪਣੀ ਗੱਲਾਂ ਰੱਖਾਂਗੇ। ਪਰ ਜਿਵੇਂ ਪੰਜਾਬ ਦੇ ਅੰਦਰ ਸਾਨੂੰ ਵਿਰੋਧ ਦਿਖ ਰਿਹਾ, ਇਹ ਸਿਰਫ ਕਿਸਾਨ ਜਥੇਬੰਦੀਆਂ ਦਾ, ਕਿਸਾਨ ਸੰਗਠਨਾਂ ਦਾ ਵਿਰੋਧ ਹੈ, ਇਸੇ ਕਿਸਾਨਾਂ ਦਾ ਵਿਰੋਧ ਨਹੀਂ ਕਹਿ ਸਕਦੇ। ਜਥੇਬੰਦੀਆਂ ਇਸ ਲਈ ਵੀ ਹਰ ਥਾਂ ਜਿਹੜੇ ਹੈ ਕੋਈ ਨਾ ਕੋਈ ਇੱਕ ਪਰਟੀਕੁਲਰ ਜਥੇਬੰਦੀ ਦਾ ਝੰਡਾ ਹੱਥ 'ਚ ਹੁੰਦਾ ਇਹਨਾਂ ਦੇ, ਔਰ ਉਹਦੇ ਨਾਰੇ ਵੀ ਲਾਉਂਦੇ ਆ ਅਤੇ ਸਾਡਾ ਵਿਰੋਧ ਵੀ ਕਰਦੇ ਨੇ। ਦੇਖੋ, ਵਿਰੋਧ ਕਰ ਰਹੇ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਜੇ ਸਾਡਾ ਰਸਤਾ ਰੋਕਣਗੇ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਵੈਸੇ ਚੋਣ ਜਾਬਤਾ ਲੱਗਿਆ ਹੋਇਆ, ਇਲੈਕਸ਼ਨ ਦਾ ਕੋਡ ਲੱਗਿਆ ਹੋਇਆ, ਔਰ ਜਦ ਚੋਣ ਜਾਬਤਾ ਲੱਗਿਆ ਹੋਏ ਤਦ ਸੂਬਾ ਜਾਂ ਕੌਮੀ ਸਰਕਾਰ ਦੀ ਨਹੀਂ ਚੱਲਦੀ, ਸਿਰਫ ਔਰ ਸਿਰਫ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੀ ਚੱਲਦੀ ਹੈ। ਅਤੇ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਵੀ ਜਿਹੜਾ ਕੈਂਪੇਨ ਅਸੀਂ ਕਰਨਾ ਹੈ ਉਸ ਕੈਂਪੇਨ ਦੇ ਅੰਦਰ ਜੇ ਕੋਈ ਵਿਘਨ, ਜੇ ਕੋਈ ਰੁਕਾਵਟ ਪੈਦਾ ਹੁੰਦੀ ਹੈ ਤਾਂ ਉਹਦੇ ਲਈ ਇਲੈਕਸ਼ਨ ਕਮਿਸ਼ਨ ਜ਼ਿੰਮੇਵਾਰ ਹੈ। ਅਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਕਿ ਵੀ ਇਲੈਕਸ਼ਨ ਕਮਿਸ਼ਨ ਇਹਦਾ ਕੋਗਨੀਜੈਂਸ ਲਵੇ, ਇਹਦੇ ਨੋਟਿਸ ਲਵੇ, ਤਾਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਫਰੀ ਐਂਡ ਫੇਅਰ ਇਲੈਕਸ਼ਨ ਸੁਨਿਸ਼ਚਿਤ ਕਰੇ। ਫਰੀ ਐਂਡ ਫੇਅਰ ਕਿਉਂ? ਅਸੀਂ ਜਾ ਰਹੇ ਹਾਂ ਕਿਸੇ ਜਗ੍ਹਾ ਪ੍ਰੋਗਰਾਮ ਕਰਨ, ਸਾਨੂੰ ਉਸ ਪ੍ਰੋਗਰਾਮ ਦੀ ਪਰਮਿਸ਼ਨ ਲੈਣੀ ਪੈਂਦੀ ਹੈ, ਸਾਨੂੰ ਕਿਤੇ ਜੇ ਗਲੀ 'ਚ ਘੁੰਮਣਾ ਹੈ ਤਾਂ ਸਾਨੂੰ ਲਿਖ ਕੇ ਦੇਣਾ ਪੈਂਦਾ ਕਿ ਅਸੀਂ ਇੰਨੇ ਸਮੇਂ ਇਸ ਗਲੀ ਤੋਂ ਇਸ ਗਲੀ ਤੱਕ ਪੈਦਲ ਚੱਲਾਂਗੇ। ਜੇ ਅਸੀਂ ਕੋਈ ਛੋਟੀ ਮੀਟਿੰਗ ਵੀ ਕਰਨੀ ਹੁੰਦੀ ਹੈ, ਜੇ ਘਰ ਦੇ ਬਾਹਰ ਹੈ, ਸਾਨੂੰ ਫਿਰ ਵੀ ਲਿਖ ਕੇ ਦੇਣਾ ਪੈਂਦਾ। ਸਾਡਾ ਜੋ ਪੂਰਾ ਸ਼ੈਡਿਊਲ ਪ੍ਰੋਗਰਾਮ ਜਿਹੜਾ ਹੈ ਉਹ ਪੁਲਿਸ ਕੋਲ ਵੀ ਜਾਂਦਾ ਹੈ, ਸਿਕਿਉਰਟੀ ਰੀਜ਼ਨਸ ਕਰਕੇ ਸਾਰੇ ਕੈਂਡੀਡੇਟਸ ਦਾ, ਸਾਡਾ ਵੀ ਜਾਂਦਾ। ਅਸੀਂ ਤਾਂ ਇੱਕ ਇੱਕ ਚੀਜ਼ ਦੀ ਪਰਮਿਸ਼ਨ ਲੈਂਦੇ ਹਾਂ, ਪਰ ਇਹ ਕੀ ਕਾਰਨ ਹੈ ਕਿ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਇਹ ਕਿਸਾਨ ਜਥੇਬੰਦੀਆਂ ਦੇ ਕੁਛ ਕਾਰਕੁਨ ਮਤਲਬ ਦੇ ਵਰਕਰ ਆ ਜਾਂਦੇ ਨੇ ਔਰ ਉੱਥੇ ਨਾਅਰੇਬਾਜ਼ੀ ਕਰਦੇ ਨੇ, ਠੀਕ ਹੈ? ਕਿਆ ਉਹਨਾਂ ਕੋਲ ਪਰਮਿਸ਼ਨ ਹੈਗੀ ਹੈ? ਕਿਆ ਉਹਨਾਂ ਕੋਲ ਉੱਥੇ ਦੀ ਕੋਈ ਇਹੋ ਜਿਹੀ ਚੀਜ਼ ਹੈ ਜਿਹਦੇ ਰਾਹੀਂ ਉਹ ਆ ਕੇ ਕਰ ਸਕਣ? ਨਹੀਂ, ਠੀਕ ਹੈ? ਤਾਂ ਮੇਰੀ ਬੇਨਤੀ ਹੈ ਕਿ ਇਲੈਕਸ਼ਨ ਕਮਿਸ਼ਨ ਆਪਣੀ ਬਣਦੀ ਕਾਰਵਾਈ ਕਰੇ। ਜੇ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਪਰਮਿਸ਼ਨ ਦਿੰਦੀ ਹੈ ਵੀ ਤੁਸੀਂ ਕਾਲੇ ਝੰਡੇ ਦਿਖਾਣੇ ਦਿਖਾ ਦਿਓ, ਜੇ ਇਲੈਕਸ਼ਨ ਕਮਿਸ਼ਨ ਕਹਿੰਦੀ ਹੈ ਤੁਸੀਂ ਪ੍ਰੋਟੈਸਟ ਕਰਨਾ ਕਰ ਲਓ, ਪਰ ਸਾਡੀ ਕੈਂਪੇਨ 'ਚ ਵਿਘਨ ਤਾਂ ਨਾ ਪੈਣ ਦਿਓ ਨਾ, ਸਾਡੇ ਅੱਗੇ ਰੁਕਾਵਟ ਨਾ ਪੈਣ ਦਿਓ ਨਾ, ਇਹ ਗਲਤ ਗੱਲ ਹੋ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦਾ ਮੰਨਣਾ ਹੈ ਕਿ ਜੋ ਕੁਛ ਵੀ ਹੋ ਰਿਹਾ ਹੈ ਉਹ ਜਾਇਜ਼ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕੁਛ ਇਹੋ ਜਿਹੇ ਵਾਅਦੇ ਕੀਤੇ ਸੀ ਜਿਵੇਂ ਕਿ MSP ਨੂੰ ਇੱਕ ਕਾਨੂੰਨੀ ਅਮਲੀ ਜਾਮਾ ਪਹਿਨਾਇਆ ਜਾਏਗਾ ਜਾਂ ਫਿਰ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਸਨੂੰ ਮਾਫ਼ ਕੀਤਾ ਜਾਏਗਾ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੇ ਅੰਦਰ ਵਿਰੋਧੀ ਧਿਰ ਤਾਂ ਇਸ ਵਕਤ ਆਮ ਆਦਮੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਲਈ। ਵੈਸੇ ਸੱਤਾ 'ਚ ਹੈ, ਕਾਬਜ਼ ਹੈ, 92 ਸੀਟਾਂ ਦੀ ਉਹਨੂੰ ਮੈਜੋਰਟੀ ਮਿਲੀ ਹੋਈ ਹੈ, ਸ਼ਾਇਦ ਇਸੇ ਕਰਕੇ ਉਹਨਾਂ 'ਤੇ ਅਹੰਕਾਰ ਆ ਚੁੱਕਿਆ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਇਹ ਕਿਤੇ ਨਾ ਕਿਤੇ ਇਸ ਆਮ ਆਦਮੀ ਪਾਰਟੀ ਜਿਸ ਪੰਜਾਬ 'ਚ ਕਾਬਜ਼ ਜਿਹਨੇ ਸਰਕਾਰ ਹੈ ਉਹਨਾਂ ਦਾ ਹੱਥ ਠੋਕਾ ਬਣੀ ਹੋਈ ਹੈ।
ਉਹਨਾਂ ਦੇ ਸਿਆਸੀ ਮੰਤਵ ਨੂੰ ਪੂਰਾ ਕਰ ਰਹੀ ਹੈ। ਹੁਣ ਇਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਭਾਜਪਾ ਦੀ ਕੇਂਦਰ ਸਰਕਾਰ ਮਾੜੀ ਹੈ। ਚਲੋ ਮੈਂ ਇਹਨਾਂ ਨੂੰ ਗੱਲ ਪੁੱਛਦਾ ਵੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਇਹ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ, ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਰਿਪ੍ਰੈਜੈਂਟ ਨਹੀਂ ਕਰਦੀਆਂ, ਉਹਨਾਂ ਦੇ ਪ੍ਰਤੀਨਿਧੀ ਨਹੀਂ ਹੈ। ਕਈ ਸਾਰੀਆਂ ਹੈਗੀ ਹੈ, ਦੋ ਲੱਗੀਆਂ ਹੋਈਆਂ ਅੱਜ ਕੱਲ੍ਹ, ਇੱਕ ਡੱਲੇਵਾਲ ਵਾਲੀ, ਪੰਦੇਰ ਵਾਲੀ, ਖਨੌਰੀ ਬਾਰਡਰ 'ਤੇ ਵੀ ਬੈਠੇ ਨੇ ਔਰ ਸ਼ੰਭੂ ਬਾਰਡਰ 'ਤੇ ਵੀ ਬੈਠੇ ਨੇ। ਜੇ ਸ਼ੰਭੂ ਬਾਰਡਰ 'ਤੇ ਬੈਠੇ ਨੇ ਉਹਦੇ ਪਰਲੇ ਪਾਸੇ ਹਰਿਆਣਾ, ਉਸ ਹਰਿਆਣਾ 'ਚ 14 ਫਸਲਾਂ 'ਤੇ MSP ਮਿਲਦੀ ਹੈ, ਅਤੇ ਉਰਲੇ ਪਾਸੇ ਪੰਜਾਬ ਹੈ ਜਿੱਥੇ ਬੈਠੇ ਹੈ, ਇੱਥੇ 2 ਫਸਲਾਂ 'ਤੇ MSP ਮਿਲਦੀ ਹੈ। ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣਾ ਦੀ ਗਵਰਨਮੈਂਟ ਹੈ ਉਹ ਕਿਸਾਨਾਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੈ, ਉਹਨੂੰ ਜ਼ਿਆਦਾ ਚਿੰਤਾ ਕਰਦੀ ਹੈ। ਫਿਰ ਜੇ ਤੁਸੀਂ ਸ਼ੰਭੂ ਬਾਰਡਰ ਦੇ ਇਸ ਪਾਸੇ ਪੰਜਾਬ 'ਚ ਟਮਾਟਰ ਵੇਚਦੇ ਹੋ, ਗੋਭੀ ਵੇਚਦੇ ਹੋ, ਆਲੂ ਵੇਚਦੇ ਹੋ, ਪਿਆਜ਼ ਵੇਚਦੇ ਹੋ, 25-26 ਤਰ੍ਹਾਂ ਸਬਜ਼ੀਆਂ ਅਤੇ ਸਬਜ਼ੀਆਂ ਵੇਚਦੇ ਹੋ, ਅਤੇ ਤੁਹਾਨੂੰ ਮਾਰਕੀਟ ਦੇ ਰੇਟ ਹਿਸਾਬ ਨਾਲ ਉੱਥੇ ਵੇਚਣੀ ਪੈਂਦੀ ਹੈ। ਸਪੋਜ਼ ਆਲੂ ਦੀ ਲਾਗਤ ਆ ਗਈ 10 ਰੁਪਏ ਕਿਲੋ, ਅਤੇ ਮਾਰਕੀਟ ਦਾ ਭਾਅ ਚੱਲ ਰਿਹਾ 4 ਰੁਪਏ, ਤੁਹਾਨੂੰ 4 ਸੀ ਵੇਚਣੀ ਪੈਣੀ ਹੈ, ਠੀਕ ਹੈ। ਲੇਕਿਨ ਸ਼ੰਭੂ ਬਾਰਡਰ ਟੱਪ ਕੇ ਅਸੀਂ ਪੰਜਾਬ ਚੱਲ ਜਾਓ, ਉਹ ਸੋਰੀ ਹਰਿਆਣਾ ਚੱਲ ਜਾਓ, ਉੱਥੇ ਜਿਸ ਦਿਨ ਸਬਜ਼ੀ ਬੀਜੀ ਜਾਂਦੀ ਹੈ ਉਸ ਵਕਤ ਇੱਕ ਰੇਟ ਤੈਅ ਕਰਦੀ ਸਰਕਾਰ। ਲੈਟਸ ਸੇ ਆਲੂ ਜਦ ਬੀਜਿਆ 10 ਰੁਪਏ, ਮੈਂ ਉਦਾਹਰਨ ਤੌਰ 'ਤੇ ਕਹਿ ਰਿਹਾ, ਰੇਟ ਤੈਅ ਕਰਤਾ, ਅਤੇ ਜੇ ਮਾਰਕੀਟ 'ਚ ਆਲੂ ਵਿਕਦਾ ਪਿਆ 6 ਰੁਪਏ ਦਾ, ਤਾਂ 4 ਰੁਪਏ ਦਾ ਡਿਫਰੈਂਸ ਹੈ ਉਹ ਜਿਹੜਾ ਹੈ ਸਰਕਾਰ ਪੇ ਕਰਦੀ ਹੈ। ਇਹਨੂੰ ਕਹਿੰਦੇ MSP ਸਬਜ਼ੀਆਂ 'ਤੇ, ਜਾਂ ਭਾਵ ਅੰਤਰ ਭਰਪਾਈ ਸਕੀਮ ਕਹਿੰਦੇ ਹਾਂ। ਹੁਣ ਕਿਸਾਨ ਜਥੇਬੰਦੀ ਨੂੰ ਮੇਰੀ ਬੇਨਤੀ ਹੈ ਕਿ ਵੀ ਜੇ ਹਰਿਆਣਾ ਦੇ ਅੰਦਰ 23 ਸਬਜ਼ੀਆਂ ਦੇ ਉੱਪਰ ਅਸੀਂ ਤੁਹਾਨੂੰ MSP ਦੇ ਰਹੇ ਭਾਵ ਅੰਤਰ ਭਰਪਾਈ ਸਕੀਮ ਦੇ ਤਹਿਤ, ਠੀਕ ਹੈ, ਤੁਹਾਡੀ 14 ਫਸਲਾਂ ਨੂੰ MSP ਦੇ ਚੱਕਰ ਨੇ, ਪੰਜਾਬ ਸਰਕਾਰ ਫਸਲਾਂ ਸਬਜ਼ੀਆਂ 'ਤੇ ਕੋਈ MSP ਦਿੰਦੀ ਨਹੀਂ, ਪੰਜਾਬ ਸਰਕਾਰ ਸਿਰਫ 2 ਫਸਲਾਂ 'ਤੇ ਜਿਹੜੀ ਕੇਂਦਰ ਪੈਸੇ ਭੇਜਦੀ ਹੈ ਉਹਦੇ ਹੀ ਡਾਕੀਆ ਬਣ ਕੇ ਤਾਂ ਚੱਕਦੀ ਹੈ, ਠੀਕ ਹੈ। ਅਤੇ ਇਹ ਸਮਝਾਓ ਵੀ BJP ਮਾੜੀ ਹੋਈ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ? ਮੈਂ ਤਾਂ ਦੇਖੋ ਲੋਕਾਂ ਨੂੰ ਮੇਰੀ ਗੱਲ ਸੁਣਦੇ ਸਮਝ ਆਊਗੀ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੀ ਮਾੜੀ ਹੈ, ਜਿਹੜੀ ਹਰਿਆਣਾ ਦੀ BJP ਸਰਕਾਰ ਹੈ ਉਹ ਕਿਸਾਨ ਹਿਤੈਸ਼ੀ ਹੈ। ਅਤੇ ਹੁਣ ਮੇਰੀ ਬੇਨਤੀ ਹੈ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਤੁਹਾਨੂੰ ਕਿਉਂ ਨਾ ਕਹੀਏ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਏਜੰਟ ਹੋ, ਜਾਂ ਪੰਜਾਬ ਵਿੱਚ ਕਹਿੰਦੇ ਹੱਥ ਟੋਕੇ ਹੋ, ਤੁਸੀਂ ਉਹਨਾਂ ਦੇ ਸਿਆਸੀ ਮੰਤਵ ਪੂਰੇ ਕਰਦੇ ਪਏ ਹੋ, ਠੀਕ ਹੈ। ਚਲੋ ਇਹ ਸਾਡਾ ਪੰਜਾਬ ਦਾ ਬਾਰਡਰ ਲੱਗਦਾ ਹੈ ਹਰਿਆਣਾ ਨਾਲ, ਹੈ ਨਾ, ਪੰਜਾਬ ਦਾ ਬਾਰਡਰ ਰਾਜਸਥਾਨ ਨਾਲ ਵੀ ਲੱਗਦਾ, ਇਹਨਾਂ ਨੂੰ ਇਹ ਪੁੱਛ ਲਓ ਕਿਸਾਨ ਜਥੇਬੰਦੀਆਂ ਨੂੰ ਕਿ ਉੱਥੇ ਕਣਕ ਕਿੰਨੇ 'ਤੇ ਚੱਕੀ ਜਾ ਰਹੀ ਹੈ। ਕਣਕ ਦਾ MSP ਹੈ 2375 ਰੁਪਏ, ਠੀਕ ਹੈ, ਅਤੇ ਉਹਨਾਂ ਨੂੰ ਪੁੱਛੋ ਉੱਥੇ ਕਿੰਨੇ 'ਤੇ ਚੱਕੀ ਜਾ ਰਹੀ ਹੈ। ਉੱਥੇ ਜਿਹੜੀ ਹੈਗੀ ਹੈ ਉਹ 2600-2700 ਰੁਪਏ ਚੱਕੀ ਜਾ ਰਹੀ ਹੈ। ਕਿਉਂ? ਕਿਉਂਕਿ ਨਹੀਂ, ਜੋ ਵੀ ਰੇਟ ਹੈ ਉੱਥੇ 200, ਉੱਥੇ 125 ਰੁਪਏ ਦਾ ਬੋਨਸ ਦੇ ਰਹੀ ਹੈ ਹਰਿਆਣਾ ਸਰਕਾਰ, ਸੋਰੀ ਰਾਜਸਥਾਨ ਸਰਕਾਰ। ਪੰਜਾਬ ਦੇ ਅੰਦਰ MSP ਜਿਹੜੀ ਕੇਂਦਰ ਨੇ ਘੋਸ਼ਿਤ ਕੀਤੀ ਹੈ ਉੱਥੇ ਚੱਕੀ ਜਾ ਰਹੀ ਹੈ, ਔਰ ਜਿਹੜੀ ਰਾਜਸਥਾਨ ਚੱਕੀ ਜਾਂਦੀ ਹੈ ਉੱਥੇ 125 ਰੁਪਏ ਦਾ ਬੋਨਸ ਜਿਹੜਾ ਹੈ ਐਕਸਟਰਾ ਜਿਹੜੀ ਹੈ ਰਾਜਸਥਾਨ ਦੀ BJP ਗਵਰਨਮੈਂਟ ਦੇ ਰਹੀ ਹੈ। ਇਹੀ ਬੋਨਸ ਜਿਹੜਾ ਹੈਗਾ ਮੱਧ ਪ੍ਰਦੇਸ਼ 'ਚ ਵੀ ਦੇ ਰਹੀ ਹੈ BJP ਦੀ ਗਵਰਨਮੈਂਟ। ਅਤੇ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਹੋਏ ਨਾ, ਅਸੀਂ ਤਾਂ ਕਿਸਾਨਾਂ ਦੇ ਰਾਖੇ ਹੋਏ, ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਹਾਂ। ਹੁਣ 6000 ਰੁਪਇਆ ਪ੍ਰਧਾਨ ਮੰਤਰੀ ਸਨਮਾਨ ਨਿਧੀ ਆਉਂਦੀ ਹੈ, ਸਨਮਾਨ ਨਿਧੀ ਦੇ ਤਹਿਤ ਪ੍ਰਧਾਨ ਮੰਤਰੀ ਭੇਜਦੇ ਨੇ ਕਿਸਾਨਾਂ ਨੂੰ ਹਰ, ਠੀਕ ਹੈ, ਜਿੰਨੀ ਲਿਸਟਡ ਕਿਸਾਨ ਨੇ। ਰਾਜਸਥਾਨ ਦੀ BJP ਸਰਕਾਰ ਨੇ ਹੁਣ ਜਿਹੜਾ ਹੈ ਉਸ 2000 ਰੁਪਏ ਆਪਣੇ ਕੋਲ ਐਡ ਕਰਤਾ, ਮਤਲਬ ਸਾਲ 8000 ਰੁਪਏ ਮਿਲੇਗਾ, ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਉਂ ਨਹੀਂ ਕਰਦੀ? ਸੋ ਪੰਜਾਬ ਦੇ ਅੰਦਰ ਜਿਹੜੇ ਕਿਸਾਨ ਜਥੇਬੰਦੀਆਂ ਧਰਨੇ 'ਤੇ ਬੈਠੀਆਂ ਹੈਗੀਆਂ ਨੇ, ਇਹ ਸਿਰਫ ਔਰ ਸਿਰਫ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਏਜੰਟ ਹੱਥ ਠੋਕੇ ਬਣ ਕੇ ਕੰਮ ਕਰ ਰਹੀਆਂ ਨੇ। ਅਤੇ ਜੇ ਸਾਡੇ ਨਾਲ ਇਸ 'ਤੇ ਗੱਲ ਕਰ ਲੈਣ ਕਿ ਵੀ ਹਰਿਆਣਾ ਦੇ ਭਾਜਪਾ ਸਰਕਾਰ 23 ਸਬਜ਼ੀਆਂ ਚੱਕਦੀ ਹੈ MSP, ਅਤੇ ਪੰਜਾਬ 'ਚ ਕੋਈ ਨਹੀਂ ਚੱਕੀ ਜਾਂਦੀ, ਹਰਿਆਣਾ ਦੇ ਅੰਦਰ 14 ਫਸਲਾਂ 'ਤੇ MSP ਮਿਲਦੀ ਹੈ, ਪੰਜਾਬ ਸਿਰਫ 2, ਉਹ ਵੀ ਕੇਂਦਰ ਦੇ 100% ਪੈਸੇ, ਰਾਜਸਥਾਨ ਦੇ ਅੰਦਰ ਜਿਹੜੀ ਹੈ ਕਣਕ ਦੇ ਉੱਪਰ MSP ਦੇ ਨਾਲ 125 ਰੁਪਏ ਦਾ ਬੋਨਸ ਹੈ, ਪੰਜਾਬ 'ਚ ਬੋਨਸ ਹੈ ਨਹੀਂ, ਰਾਜਸਥਾਨ ਦੇ ਅੰਦਰ
6000 ਰੁਪਇਆ ਜਿਹੜਾ ਪੀਐਮ ਸਨਮਾਨ ਨਿਧੀ ਆਉਂਦਾ ਉਹਦੇ ਨਾਲ ਨਾਲ ਜਿਹੜਾ ਹੈਗਾ 2000 ਰੁਪਇਆ ਰਾਜਸਥਾਨ ਦੀ ਬੀਜੇਪੀ ਸਰਕਾਰ ਦੇ ਰਹੀ ਕਿਸਾਨਾਂ ਨੂੰ ਪੰਜਾਬ ਚ ਨਹੀਂ ਮਿਲ ਰਿਹਾ। ਫਿਰ ਤੁਸੀਂ ਆਪ ਦੱਸੋ ਕਿ ਕੌਣ ਹੋਇਆ ਪੰਜਾਬ ਚ ਨਹੀਂ ਮਿਲ ਰਿਹਾ ਸਰ, ਲੇਕਿਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੈਂ ਮੁਰਗੀ ਦਾ ਵੀ ਪੈਸਾ ਦੇਵਾਂਗਾ, ਮੂੰਗ ਦਾਲ ਦਾ ਵੀ ਉਹਨਾਂ ਨੇ ਅਨਾਊਂਸ ਕੀਤੇ ਹੋਏ। ਦੇਖੋ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਜਦ ਤੁਸੀਂ ਮੁਰਗੀਆਂ ਵਾਲੀ ਗੱਲ ਕਰ ਰਹੇ ਹੋ ਕੁਛ ਹੋਰ ਹੈ, ਹੁਣ ਮੈਂ ਐਵੇਂ ਹੱਸ ਪਊਗਾ ਫਿਰ ਬੁਰਾ ਲੱਗੂਗਾ ਮੁੱਖ ਮੰਤਰੀ ਮਾਨ ਸਾਹਿਬ ਨੂੰ। ਮਾਨ ਸਾਹਿਬ ਤੁਸੀਂ ਨਾ ਪਿਛਲੇ ਸਾਲ ਵੀ ਖਰਾਬਾ ਹੋਇਆ ਸੀਗਾ ਔਰ ਪਿਛਲੇ ਸਾਲ ਤੁਹਾਨੂੰ ਤੁਸੀਂ ਖਰਾਬੇ ਦੇ ਟਾਈਮ ਕਿਹਾ ਸੀਗਾ ਕਿ ਅਸੀਂ ਫਸਲਾਂ ਦਾ ਮੁਆਵਜ਼ਾ ਦਵਾ ਦੇਵਾਂਗੇ, ਸਬਜ਼ੀਆਂ ਦੇ ਦੇਵਾਂਗੇ, ਮੁਰਗੀਆਂ ਦੇ ਦੇਵਾਂਗੇ, ਬੱਕਰੀਆਂ ਦੇ ਦੇਵਾਂਗੇ, ਸਭ ਦਾ ਮੁਆਵਜ਼ਾ ਦੇਵਾਂਗੇ, ਹਨਾ। ਤੇ ਅਗਲੀ ਦੁਬਾਰਾ ਫੇਰ ਹੋ ਗਿਆ, ਹੁਣ ਮੀਂਹ ਆਇਆ, ਅੰਧੜ ਆਇਆ, ਲਗਭਗ 9200 ਏਕੜ ਤੋਂ ਉੱਪਰ ਜਿਹੜੀ ਸਾਡੀ ਖੜੀ ਫਸਲ ਬਰਬਾਦ ਹੋ ਗਈ, ਸਬਜ਼ੀਆਂ ਬਰਬਾਦ ਹੋ ਗਈਆਂ, ਖਰਾਬ ਹੋ ਗਈਆਂ, ਗੜੇਮਾਰੀ 'ਚ ਹੋ ਗਈਆਂ। ਤੇ ਹੁਣ ਕਹਿੰਦੇ ਜੀ ਮੈਂ ਮੁਆਵਜ਼ਾ ਦੇਵਾਂਗਾ। ਤੇ ਇੱਕ ਨਾ ਪੁਰਾਣਾ ਗਾਣਾ ਹੈ, ਹੁਣ ਹਾਸਿਓ ਨਾ, ਤੇਰਾ ਲਾਰਾ ਵੀ ਸ਼ਰਾਬੀਆਂ ਦੇ ਗੱਪ ਵਰਗਾ। ਤੇ ਹੁਣ ਮੁਆਵਜ਼ੇ ਦੇ ਮਾਮਲੇ 'ਚ ਮੈਂ ਕਹਿੰਦਾ ਤੇਰਾ ਮੁਆਵਜ਼ਾ ਹੈ ਵੀ ਸ਼ਰਾਬੀਆਂ ਦੀ ਗੱਪ ਵਰਗਾ। ਤੇ ਜਰਮਨੀ ਤੋਂ ਹਵਾਈ ਜਹਾਜ਼ ਤੋਂ ਕਿਹਨੂੰ ਉਤਾਰਿਆ ਗਿਆ ਸੀ ਇਹ ਸਾਨੂੰ ਸਾਰਿਆਂ ਨੂੰ ਪਤਾ। ਸੋ ਮੇਰੀ ਬੇਨਤੀ ਹੈ ਮਾਨ ਸਾਹਿਬ ਆਪਣਾ ਮਜ਼ਾਕ ਨਾ ਉਡਵਾਓ, ਪਿਛਲਾ ਖਰਾਬਾ ਵੀ ਦੇ ਦਿਓ, ਅਗਲਾ ਵੀ ਦੇ ਦਿਓ, ਤੇ ਰਾਜਸਥਾਨ ਦੀ ਬੀਜੇਪੀ ਸਰਕਾਰ ਵਾਂਗ ਕਿਸਾਨ ਸਨਮਾਨ ਨਿਧੀ 'ਚ 2000 ਰੁਪਇਆ ਐਕਸਟਰਾ ਦੇ ਦਿਓ, 125 ਰੁਪਏ ਜਿਹੜਾ ਹੈਗਾ ਕਣਕ 'ਤੇ ਬੋਨਸ ਜਿਹੜੀ ਸਾਡੀ ਰਾਜਸਥਾਨ ਦੀ ਬੀਜੇਪੀ ਸਰਕਾਰ ਉਹਦੇ ਕਣਕ ਦੇ ਉੱਪਰ 125 ਰੁਪਏ ਬੋਨਸ ਵੀ ਸੂਬੇ ਵਾਲਾ ਦੇ ਦਿਓ। ਲੇਕਿਨ ਜੋ ਚੀਜ਼ ਤੁਸੀਂ ਥੋੜਾ ਜਿਹਾ ਪਰਸਨਲ ਹੋ ਗਏ ਮੁੱਖ ਮੰਤਰੀ ਨੂੰ ਲੈ ਕੇ, ਮੈਂ ਇੱਕ ਗੱਲ, ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਤੁਸੀਂ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਤਾਂ ਕਰਕੇ ਅਸੀਂ ਦੇ ਨਹੀਂ ਪਾ ਰਹੇ। ਇਸ ਆਰਡੀਐਫ ਕਿਹੜਾ ਰੋਕਿਆ ਜੀ, ਆਰਡੀਐਫ ਤੇ ਕਾਨੂੰਨ ਦੇ ਤਹਿਤ ਕੰਮ ਚੱਲਦਾ ਜੀ, ਕਾਨੂੰਨ ਦੇ ਤਹਿਤ ਚੀਜ਼ਾਂ ਹੋ ਰਹੀਆਂ, ਠੀਕ ਹੈ। ਉਹਦੀ ਨੋਟੀਫਿਕੇਸ਼ਨ ਚੇਂਜ ਕਰਨਾ ਕੇਂਦਰ ਸਰਕਾਰ ਦੇ ਹੱਥ ਹੈ, ਉਹ ਸਮੇਂ ਸਮੇਂ ਤੇ ਨੋਟੀਫਿਕੇਸ਼ਨ ਕਰਦੀ ਰਹਿੰਦੀ ਹੈ, ਕੇਂਦਰ ਸਰਕਾਰ ਸਮੇਂ ਸਮੇਂ ਤੇ ਸਕੀਮਾਂ ਬਦਲਦੀ ਰਹਿੰਦੀ ਹੈ। ਤੁਹਾਨੂੰ ਯਾਦ ਹੋਏਗਾ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੁੰਦੀ ਸੀ ਜਿਸ ਸਾਡੇ ਜਿਹੜੇ ਐਸਸੀ ਵਿਦਿਆਰਥੀ ਹੈ ਉਹਨਾਂ ਨੂੰ 100% ਸਪੋਂਸਰਡ ਹੁੰਦੀ ਸੀ। ਜਦੋਂ ਸਕੀਮ ਅਨਾਊਂਸ ਹੋਈ ਸੀਗੀ ਉਸ 'ਚ ਕਿਹਾ ਗਿਆ ਸੀ ਵੀ 10 ਸਾਲ 100% ਰਹੇਗੀ, ਉਸ ਤੋਂ ਬਾਅਦ ਜਿਹੜਾ ਹੈਗਾ 60% ਸੂਬਾ ਸਰਕਾਰ ਦੇਗੀ, 40% ਕੇਂਦਰ ਸਰਕਾਰ ਦੇਗਾ, ਠੀਕ ਹੈ। ਜਦ 10 ਸਾਲ ਪੂਰੇ ਹੋਏ ਉਸ ਤੋਂ ਬਾਅਦ ਉਹ ਸਕੀਮ ਚੇਂਜ ਹੋ ਗਈ, ਠੀਕ ਹੈ। ਚੇਂਜ ਹੋਈ ਫਿਰ ਹੋ ਹੱਲਾ ਹੋਇਆ ਤਾਂ ਫਿਰ ਕੇਂਦਰ ਸਰਕਾਰ ਨੇ 60% ਆਪਣੇ ਉੱਪਰ ਲਿਆ, 40% ਸੂਬਾ ਸਰਕਾਰਾਂ ਦੇ ਪਾਤਾ, ਥੋੜ੍ਹਾ ਚੇਂਜ ਕਰਤਾ, ਚਲੋ ਠੀਕ ਹੈ। ਲੇਕਿਨ ਸਕੀਮ ਤਾਂ ਸਰਕਾਰ ਦੀ ਹੈ ਨਾ ਜੀ, ਸਰਕਾਰ ਅੱਗੇ ਪਿੱਛੇ ਕਰ ਸਕਦੀ ਹੈ। ਆਰਡੀਐਫ ਕੋਈ ਹੱਕ ਨਹੀਂ ਹੈ ਤੁਹਾਡਾ, ਕੋਈ ਰਾਈਟ ਨਹੀਂ ਹੈ ਤੁਹਾਡਾ, ਠੀਕ ਹੈ ਨਾ। ਕੇਂਦਰ ਦਾ ਪੈਸਾ ਹੈ। ਅੱਛਾ ਪੁੱਛੋ ਜਿਹੜੀ ਕਣਕ ਸੋਨਾ ਚੱਕਿਆ ਜਾ ਰਿਹਾ ਪੈਸਾ ਕੌਣ ਦਿੰਦਾ? ਕੇਂਦਰ ਸਰਕਾਰ ਦਿੰਦੀ, ਚਲੋ ਟੈਕਸ ਇਕੱਠਾ ਹੁੰਦਾ, ਤੁਸੀਂ ਵੀ ਟੈਕਸ ਸੂਬੇ 'ਚ ਇਕੱਠਾ ਕਰਦੇ ਹੋ, ਕੇਂਦਰ ਸਰਕਾਰ ਵੀ ਇਕੱਠਾ ਕਰਦੀ ਹੈ, ਕੇਂਦਰ ਸਰਕਾਰ ਟੈਕਸ 'ਚੋਂ ਜਿਹੜਾ ਹੈਗਾ ਉਸੇ 'ਚੋਂ ਪੈਸਾ ਦਿੰਦੀ ਹੈ ਨਾ ਜੀ, ਹੈ ਨਾ। ਕੇਂਦਰ ਸਰਕਾਰ ਦਿੰਦੀ ਹੈ ਨਾ, ਤਾਂ ਉਸ 'ਤੇ ਤੁਹਾਡਾ ਕੋਈ ਹੱਕ ਤਾਂ ਨਹੀਂ ਹੈ। ਕਣਕ 100% ਕੇਂਦਰ ਸਰਕਾਰ ਦੇ ਰਹੀ ਹੈ, ਝੋਨੇ 'ਤੇ 100% ਕੇਂਦਰ ਸਰਕਾਰ ਦੇ ਰਹੀ ਹੈ, ਤੁਸੀਂ ਕੀ ਦੇ ਰਹੇ ਹੋ? ਅਤੇ ਅਸੀਂ ਮੰਨਦੇ ਜੇ ਤੁਸੀਂ 12 ਫਸਲਾਂ ਜਿਵੇਂ ਹੋਰ ਐਕਸਟਰਾ ਚੱਕ ਰਹੀ ਹੈ ਹਰਿਆਣਾ ਸਰਕਾਰ, ਆਪਣਾ ਸ਼ੇਅਰ ਪਾ ਕੇ ਤੁਸੀਂ ਪੰਜਾਬ 'ਚ ਚੱਕਦੇ। ਅਸੀਂ ਮੰਨਦੇ ਜਿਵੇਂ ਹਰਿਆਣਾ ਸਰਕਾਰ 23 ਸਬਜ਼ੀਆਂ ਦੇ ਉੱਪਰ MSP ਦੇ ਰਹੀ ਹੈ, ਤੁਸੀਂ ਦਿੰਦੇ ਅਤੇ ਤੁਸੀਂ ਤਾਂ ਕੁਛ ਨਹੀਂ ਦੇ ਰਹੇ। ਇਸ ਕਰਕੇ ਸਾਡੇ 'ਤੇ ਇਲਜ਼ਾਮ ਤਰਾਸ਼ੀ ਨਾ ਕਰੋ, ਸਾਡੇ 'ਤੇ ਇਲਜ਼ਾਮ ਨਾ ਲਗਾਓ। ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੰਜੀ ਥੱਲੇ ਸੋਟਾ ਮਾਰੋ, ਤੁਸੀਂ ਕਿਸਾਨਾਂ ਦਾ ਖੂਨ ਚੂਸਣ ਵਾਲੇ ਬੰਦੇ ਹੋ, ਤੁਸੀਂ ਕਿਸਾਨਾਂ ਦਾ ਖੂਨ ਚੂਸਣ ਵਾਲੀ ਸਰਕਾਰ ਹੈ ਆਮ ਆਦਮੀ ਪਾਰਟੀ। ਦੇਖੋ ਇੱਕ ਪਾਸੇ ਤਾਂ ਪੰਜਾਬ 'ਚ ਕਿਸਾਨ ਸੁਸਾਈਡ ਕਰ ਰਿਹਾ, ਇੱਕ ਪਾਸੇ ਪੰਜਾਬ ਕਰਜ਼ਾਈ ਹੈ, 6-6 ਲੱਖ ਰੁਪਏ ਘੰਟੇ ਦੇ ਕਿਰਾਏ 'ਤੇ ਤੁਸੀਂ ਲਗਜ਼ਰੀ ਹਵਾਈ ਜਹਾਜ਼ ਲੈ ਕੇ ਚੋਣ ਪ੍ਰਚਾਰ ਕਰਨ ਜਾਂਦੇ ਹੋ, ਤੁਸੀਂ ਇੱਥੋਂ ਚੰਡੀਗੜ੍ਹੋਂ ਚੜ੍ਹਦੇ ਨੇ ਦਿੱਲੀ ਉਤਰਦੇ ਨੇ, ਕੇਜਰੀਵਾਲ ਸਾਹਿਬ ਵਿੱਚ ਬੈਠਦੇ ਨੇ, ਫਿਰ ਬੰਬੇ ਜਿਹੜੀ ਹੈ ਇੰਡੀ ਅਲਾਇੰਸ ਜਿਹੜੇ ਕਰਪਟ ਲੋਕ ਦਾ ਅਲਾਇੰਸ ਉਹਨਾਂ ਦੀ ਮੀਟਿੰਗ ਕਰਨ ਚਲੇ ਜਾਂਦੇ ਹੋ, ਹੈ ਨਾ। ਮਤਲਬ ਜਾਣਾ ਆਉਣਾ ਜਹਾਜ਼ ਖੜਾ ਰਹੇਗਾ ਤਾਂ ਵੀ ਉਹਦਾ ਪਰ ਘੰਟਾ ਚਾਰਜ, ਇਕੱਲਾ ਫਲਾਈ ਨਹੀਂ ਹੁੰਦਾ। ਜਦ ਤੁਸੀਂ ਇੰਗੇਜ ਕਰ ਲਿਆ, ਸਪੋਜ਼ ਮੈਨੂੰ ਚਾਰਜ ਦਿੱਲੀ ਤੋਂ ਚੰਡੀਗੜ੍ਹ ਲੈਣ ਆ ਰਿਹਾ, ਜਾਂ ਦਿੱਲੀ ਤੋਂ ਫਲਾਈ ਕਰੇਗਾ ਤਦ ਹੀ ਚਾਰਜ ਪੈਣਾ ਸ਼ੁਰੂ ਹੋ ਜਾਏਗਾ, ਔਰ ਜਦ ਮੈਨੂੰ ਉਤਾਰ ਕੇ ਵਾਪਸ ਜਾਏਗਾ ਤਦ ਜਾ ਕੇ ਚਾਰਜ ਖਤਮ ਹੋਏਗਾ। ਤੁਸੀਂ ਕਈ ਲੱਖਾਂ ਰੁਪਇਆ ਕਰੋੜਾਂ ਰੁਪਇਆ ਤੁਸੀਂ ਬਰਬਾਦ ਕਰਤਾ ਹਵਾਈ ਲਗਜ਼ਰੀ ਹਵਾਈ ਜਹਾਜ਼ 'ਤੇ, ਕਿਹਦੇ ਵਾਸਤੇ? ਅਰਵਿੰਦ ਕੇਜਰੀਵਾਲ ਵਾਸਤੇ। ਅਰਵਿੰਦ ਕੇਜਰੀਵਾਲ ਕੌਣ ਹੈ? ਉਹ ਆਮ ਆਦਮੀ ਪਾਰਟੀ ਦਾ ਲੀਡਰ ਹੈ ਜਿਹੜਾ ਇੰਡੀਆ ਗੇਟਸ ਕਰਪਸ਼ਨ 'ਚੋਂ ਪੈਦਾ ਹੋਇਆ ਔਰ ਅੱਜ ਜਿਨ੍ਹਾਂ ਨੂੰ ਕਰਪਟ ਕਹਿੰਦਾ ਸੀ ਉਹਨਾਂ ਨੂੰ ਜਾ ਕੇ ਖੜਾ ਹੋ ਗਿਆ, ਔਰ ਅੱਜ ਜਿਹੜਾ ਹੈਗਾ
ਸ਼ਾਇਦ ਉਹਨੇ ਇਤਿਹਾਸ ਕ੍ਰੀਏਟ ਕਰਤਾ ਕੇਜਰੀਵਾਲ ਸਾਹਿਬ ਨੇ ਕਿ ਦੇਸ਼ ਦਾ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਜੇਲ੍ਹ 'ਚ ਗਿਆ ਔਰ ਮੁੱਖ ਮੰਤਰੀ ਬਣਿਆ ਹੋਇਆ, ਮੁੱਖ ਮੰਤਰੀ ਪਦ ਨੂੰ ਛੱਡ ਨਹੀਂ ਰਿਹਾ, ਇੰਨਾ ਸੱਤਾ ਦਾ ਲਾਲਚੀ ਉਸ ਬੰਦਾ ਹੈ, ਛੱਡ ਨਹੀਂ ਰਿਹਾ। ਸ਼ਰਾਬ ਘੁਟਾਲੇ 'ਚ ਉਹਨਾਂ ਦੇ ਖਿਲਾਫ ਜਿੰਨੇ ਐਵੀਡੈਂਸ ਹੈ ਸਾਰੇ ਸਾਰੇ ਕੋਰਟ ਨੇ ਉਹਨੂੰ ਮਾਨੇ ਕੀਤਾ ਹੈ, ਮੰਨ ਲਿਆ, ਠੀਕ ਹੈ, ਔਰ ਉਹਨੇ ਕਿਹਾ ਕਿ ਹਾਂ ਇਹਨਾਂ ਦੇ ਉੱਪਰ ਆਰੋਪ ਬਣਦਾ ਹੈ, ਇਹਨਾਂ ਨੂੰ ਟ੍ਰਾਇਲ ਫੇਸ ਕਰਨਾ ਪੈਣਾ। ਸੋ ਹੁਣ ਤੱਕ ਉਹਨਾਂ ਨੂੰ ਦੋਸ਼ੀ ਮੰਨਿਆ ਗਿਆ ਹੈ, ਹਨਾ, ਹਲੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਹੈ, ਪਰ ਦੋਸ਼ ਤਾਂ ਮੰਨ ਲਿਆ ਨਾ, ਵੀ ਦੋਸ਼ ਇਹਨਾਂ ਦੇ ਬਣਦੇ ਨੇ ਕਿਤੇ ਨਾ ਕਿਤੇ। ਸਰ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਸਿਰਫ ਨਿਸ਼ਾਨਾ ਬਣਾਇਆ ਗਿਆ, ਕੋਈ ਪੈਸਾ ਬਰਾਮਦ ਨਹੀਂ ਹੋਇਆ। ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਮੁਹੱਲਾ ਕਲੀਨਿਕ ਚਲਾਏ, ਮੁਫ਼ਤ ਪਾਣੀ ਬਿਜਲੀ ਦਿੱਤਾ, ਫਿਰ ਤੁਸੀਂ ਤੁਹਾਨੂੰ ਉਸ ਕਰਕੇ ਚਿੜੇ। ਅਰਵਿੰਦ ਕੇਜਰੀਵਾਲ ਦਾ ਕੱਦ ਜੋ ਹੈ ਉਹ ਮੋਦੀ ਸਾਹਿਬ ਦੇ ਵੱਡਾ ਹੋ ਗਿਆ ਸੀ, ਤਾਂ ਫਿਰ ਤੁਸੀਂ ਇਹ ਬਹਾਨੇ ਲੱਭੇ। ਦੇਖੋ ਆਮ ਆਦਮੀ ਪਾਰਟੀ ਦੀ ਦੂਜੀ ਸਰਕਾਰ ਚੱਲ ਰਹੀ ਹੈ ਦਿੱਲੀ 'ਚ, ਠੀਕ ਹੈ, ਆਮ ਆਦਮੀ ਪਾਰਟੀ ਦੇ ਲੀਡਰ ਦਾ ਕੱਦ ਬਹੁਤ ਵੱਡਾ ਹੋ ਗਿਆ, ਗੁਜਰਾਤ ਜਮਾਨਤਾਂ ਜ਼ਬਤ ਹੁੰਦੀਆਂ, ਯੂਪੀ 'ਚ ਜਮਾਨਤਾਂ ਜ਼ਬਤ ਹੁੰਦੀਆਂ, ਨੋਟਾਂ ਤੋਂ ਘੱਟ ਇਹਨਾਂ ਨੂੰ ਵੋਟਾਂ ਪੈਂਦੀਆਂ ਨੇ, ਫਿਰ ਇਹਨਾਂ ਦਾ ਕੱਦ ਕਿੱਥੋਂ ਵੱਡਾ ਹੋ ਗਿਆ? ਇਹ ਇੱਕ ਦਿੱਲੀ ਦੀ ਮਿਊਨਸਪੈਲਿਟੀ ਦੇ ਮੁੱਖ ਮੰਤਰੀ ਨੇ, ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਇੱਕ ਵਾਰ ਆ ਗਈ, ਉਹ ਹੁਣ ਦੁਬਾਰਾ ਆਉਣੀ ਨਹੀਂ। ਇਹਦਾ ਕੱਦ ਕੋਈ ਵੱਡਾ ਨਹੀਂ ਹੋਇਆ, ਇਹਦਾ ਕੱਦ ਡਿਫਾਈਨ ਹੋ ਗਿਆ, ਇੱਕ ਕਰਪਟ ਲੀਡਰ ਹੈਗਾ ਜਿਹਦੀ ਜਿਹੜੀਆਂ ਕਰਪਸ਼ਨ ਦੀ ਗੱਲਾਂ ਨੂੰ ਹੁਣ ਕੋਰਟ ਵੀ ਮੰਨਣਾ ਸ਼ੁਰੂ ਕਰ ਚੁੱਕੀ ਹੈ। ਜਿਹੜੀ ਗੱਲਾਂ ਤੁਸੀਂ ਬਾਰ ਬਾਰ ਕਹਿੰਦੇ ਹੋ ਕਿ ਕੱਦ ਉੱਪਰ ਹੋ ਗਿਆ, ਇਸ ਕਰਕੇ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ, ਮੇਰੀ ਬੇਨਤੀ ਹੈ ਇਹ ਸਾਰੀ ਗੱਲਾਂ ਇਹਨਾਂ ਨੇ ਕੋਰਟ 'ਚ ਵੀ ਰੱਖੀਆਂ। ਪਹਿਲੇ ਜਦ ਸਿਸੋਦੀਆ ਜੀ ਅਰੈਸਟ ਹੋਏ, ਠੀਕ ਹੈ, ਉਹਨਾਂ ਦੀ ਜਮਾਨਤ ਯਾਚਿਕਾ ਰਿਜੈਕਟ ਹੋਈ ਸੈਸ਼ਨ ਕੋਰਟ, ਹਾਈ ਕੋਰਟ ਡਬਲ ਬੈਂਚ, ਸੁਪਰੀਮ ਕੋਰਟ ਰਿਵਿਊ ਪਟੀਸ਼ਨ, ਠੀਕ ਹੈ, ਸਭ ਰਿਜੈਕਟ ਹੋਈ। ਉਹਦੇ ਸਪੀਕਿੰਗ ਆਰਡਰਸ ਆਏ ਕਿ ਜੋ ਈਡੀ ਨੇ ਕੰਮ ਕੀਤਾ ਠੀਕ ਕੀਤਾ। ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਮਾਨਤ ਯਾਚਿਕਾ ਜੇ ਕੋਰਟਾਂ ਰਿਜੈਕਟ ਕਰੀ, ਕੋਰਟਾਂ ਸਾਡੇ ਨਾਲ ਰਲੀਆਂ ਹੋਈਆਂ। ਦੂਸਰੀ, ਹੁਣ ਜਦ ਕੇਜਰੀਵਾਲ ਸਾਹਿਬ ਅਰੈਸਟ ਹੋਏ, PMLA ਦੀ ਜਿਸ ਧਾਰਾ ਦੇ ਤਹਿਤ ਅਰੈਸਟ ਹੋਏ, ਇਹਨਾਂ ਨੇ ਹਾਈ ਕੋਰਟ 'ਚੋਂ ਚੈਲੇਂਜ ਕੀਤੀ ਔਰ ਹਾਈ ਕੋਰਟ 'ਚ ਮਾਣਯੋਗ ਜੱਜ ਸਾਹਿਬ ਦੇ ਸਾਹਮਣੇ ਇਹਨਾਂ ਨੇ ਆਪ ਆਪਣਾ ਕੇਸ ਪ੍ਰੈਜੈਂਟ ਕੀਤਾ। ਉੱਥੇ ਇਹੀ ਗੱਲ ਕਹੀ ਕਿ ਮੈਨੂੰ ਜੀ ਜਾਣ ਕੇ ਵਿਕਟਮਾਈਜ਼ ਕੀਤਾ ਜਾ ਰਿਹਾ ਹੈ, ਮੇਰੀ ਪਾਲਿਸੀਜ਼ ਕਰਕੇ ਕੀਤਾ ਜਾ ਰਿਹਾ। ਬਾਅਦ 'ਚ ਜਿਹੜੀ ਹਾਈ ਕੋਰਟ ਨੇ ਜੱਜਮੈਂਟ ਦਿੱਤੀ, ਲਿਖਿਆ ਕਿ ਵੀ ED ਜੋ ਕੰਮ ਕਰ ਰਹੀ ਹੈ ਕਾਨੂੰਨ ਤਹਿਤ ਕਰ ਰਹੀ ਹੈ, ED ਨੇ ਕਿਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ED ਦੇ ਕੋਲ ਜਿਹੜੇ ਪ੍ਰੂਫ ਹੈ ਉਹ ਇਸ਼ਾਰਾ ਕਰਦੇ ਨੇ ਕਿ ਕਿਤਨਾ ਕਿਤੇ ਤੁਸੀਂ ਕਰਪਸ਼ਨ 'ਚ ਇਨਵੋਲਵ, ਸ਼ਰਾਬ ਘੁਟਾਲੇ 'ਚ ਇਨਵੋਲਵ ਹੋ, ਔਰ ED ਦੀ ਕਾਰਵਾਈ ਦਾ ਇਲੈਕਸ਼ਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਜਿਹੜਾ ਬੰਦਾ ਅਪਰੂਵਰ ਬਣ ਗਿਆ, ਜਿਹੜਾ ਵਾਅਦਾ ਮਾਫ਼ ਗਵਾਹ ਬਣ ਗਿਆ, ਉਹਨੇ ਕੋਰਟ 'ਚ ਜਿਹੜੀ ਹੈ ਆਪਣੀ ਸਟੇਟਮੈਂਟ ਦਿੱਤੀ ਹੈ, ਅਤੇ ਉਹਦੀ ਸਟੇਟਮੈਂਟ ਨੂੰ ਕੁਸ਼ਚਨ ਮਾਰਕ ਕਰਕੇ ਕੋਰਟ ਨੂੰ ਕੁਸ਼ਚਨ ਮਾਰਕ ਨਾ ਲਾਓ। ਅਤੇ ਹੁਣ ਤੁਹਾਡੀ ਵਾਲੀ ਜਿਹੜੀ ਗੱਲ ਤੁਸੀਂ, ਉਹਦਾ ਕੀ ਮੁੱਲ ਰਹਿ ਗਿਆ? ਠੀਕ ਹੈ, ਕੋਰਟ ਨੇ ਕਲੈਰੀਫਾਈ ਕਰਤਾ। ਸੋ ਇਹਦੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ, ਉਹ ਕਹਿੰਦੇ ਨੇ ਜੀ ਗੋਡੇ ਕਰਪਸ਼ਨ ਡੁੱਬੀ ਹੋਈ ਹੈ, ਠੀਕ ਹੈ। ਔਰ ਹੋਰ ਮੈਂ ਤਾਂ ਕਹਾਂਗਾ, ਬੇਨਤੀ ਕਰਾਂਗਾ ਕਿ ਆਮ ਆਦਮੀ ਪਾਰਟੀ ਉੱਥੇ ਐਪਲੀਕੇਸ਼ਨ ਲਾਵੇ ਕਿ ਇਹ ਕੇਸ ਨੂੰ ਫਾਸਟ ਟਰੈਕ ਕੀਤਾ ਜਾਵੇ, ਤਾਂ ਕਿ ਹੋਰ 6 ਮਹੀਨੇ ਸਾਲ 'ਚ ਨਿਬੇੜਾ ਹੋਵੇ ਅਤੇ ਇਹਨਾਂ ਨੂੰ ਸਜ਼ਾ ਹੋ ਜਾਵੇ ਅਤੇ ਪਤਾ ਲੱਗ ਜਾਏ ਕਿ ਇਹ ਕਰਪਟ ਲੀਡਰ ਨੇ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਜਿਹੜੇ ਦਾਅਵਾ ਕਰ ਰਹੇ ਨੇ ਕਿ ਤੁਹਾਡਾ ਸਾਡਾ ਜੋ ਹੈ 13-0 ਹੋਏਗਾ, ਸਵੀਪ ਕਰਾਂਗੇ, ਤੁਸੀਂ ਕਿੰਨੀ ਸੀਟ ਦੀ ਉਮੀਦ ਕਰ ਰਹੇ ਹੋ? ਗਾਲਿਬ ਦਿਲ ਬਿਲਾਨੇ ਕੇ ਲਈ ਖਿਆਲ ਅੱਛਾ ਹੈ। ਹੁਣ ਇਹ ਨਹੀਂ ਪਤਾ ਮਾਨ ਸਾਹਿਬ ਨੇ ਇਹ ਜਿਹੜੀ ਟਿੱਪਣੀ ਕੀਤੀ ਸੀਗੀ ਇਹ ਸਾਜਰੇ ਕੀਤੀ ਸੀ ਜਾਂ ਸ਼ਾਮੀ ਕੀਤੀ ਸੀ, ਠੀਕ ਹੈ ਜੀ, ਹੁਣ ਤਾਂ ਦੋਨਾਂ ਥਾਵਾਂ 'ਚ ਫਰਕ ਹੁੰਦਾ, ਪਰ ਚਲੋ ਕੋਈ, ਮਾਨ ਸਾਹਿਬ ਖੁਸ਼ ਰਹੋ, ਹੈ ਨਾ, ਬਸਤੇ ਰਹੋ, ਠੀਕ ਹੈ, ਹੱਸਦੇ ਖੇਲਦੇ ਰਹੋ, ਐਵੇਂ ਚੁਟਕਲੇ ਲੋਕਾਂ ਨਾਲ ਸੁਣਾਉਂਦੇ ਰਹੋ, ਪਰ ਮੈਨੂੰ ਇਹ ਸਮਝਾ ਦਿਓ ਕਿ ਤੁਸੀਂ ਕਿਹਾ ਸੀਗਾ ਹਰ ਭੈਣ ਦੇ ਖਾਤੇ 'ਚ, ਹਰ ਮਾਂ ਦੇ ਖਾਤੇ 1000 ਰੁਪਏ ਮਹੀਨਾ ਪਾਵਾਂਗੇ, 24 ਮਹੀਨੇ ਹੋ ਗਏ, 24,000 ਤੁਹਾਡੇ ਖਾਤੇ 'ਚ ਨਹੀਂ ਆਏ। ਤੁਸੀਂ ਕਿਹਾ ਸੀਗਾ ਕਿ ਹਰ ਟ੍ਰੇਡਰਸ ਨੂੰ ਤੁਸੀਂ ਵਾਅਦਾ ਕੀਤਾ ਸੀ ਕਿ ਤੁਹਾਨੂੰ 24 ਘੰਟੇ ਬਿਜਲੀ ਦੇਵਾਂਗੇ, ਉਹਨੂੰ 24 ਘੰਟੇ ਬਿਜਲੀ ਨਹੀਂ ਮਿਲਦੀ। ਤੁਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਕਿਹਾ ਸੀ ਅਸੀਂ ਪੱਕੇ ਕਰਦੇ ਹਾਂ, ਕੱਚੇ ਮੁਲਾਜ਼ਮ ਪੱਕੇ
ਨਹੀਂ ਹੋਏ। ਤੁਸੀਂ ਕਿਹਾ ਸੀਗਾ ਕਿ ਜਿਹੜੇ ਕਿਸਾਨ ਹੈਗੇ ਨੇ ਜਿਨ੍ਹਾਂ ਨੇ ਸੁਸਾਈਡ ਕੀਤਾ ਉਹਨਾਂ ਪਰਿਵਾਰਾਂ ਨੂੰ ਅਸੀਂ ਮੁਆਵਜ਼ਾ ਦੇਵਾਂਗੇ, ਤੁਹਾਡੇ ਸਮੇਂ ਜਿੰਨੇ ਕਿਸਾਨ ਸੁਸਾਈਡ ਕਰ ਗਏ ਨੇ ਆਉਣ ਵਾਲੇ ਦਿਨ 'ਚ ਸਾਡੇ ਪ੍ਰਧਾਨ ਜਾਖੜ ਸਾਹਿਬ ਫਿਗਰ ਦੱਸਣਗੇ, ਉਹਨਾਂ ਨੂੰ ਤੁਸੀਂ ਮੁਆਵਜ਼ਾ ਨਹੀਂ ਦਿੱਤਾ। ਤੁਸੀਂ ਕਿਹਾ ਸੀ ਪੰਜਾਬ 'ਚ ਨਸ਼ਾ ਖਤਮ ਕਰ ਦਾਂਗੇ, ਹੁਣੀ ਤੁਹਾਡੇ ਮੰਤਰੀ ਨੇ ਕਿਹਾ ਵੀ 2 ਸਾਲ ਤੋਂ ਬਾਅਦ ਮੰਤਰੀ ਬੋਲਦਾ ਕਿ ਨਸ਼ਾ ਹੁਣ ਤੱਕ ਅਸੀਂ ਖਤਮ ਨਹੀਂ ਕਰ ਪਾਏ, ਆਉਣ ਵਾਲੇ 6 ਮਹੀਨੇ 'ਚ ਕਰ ਦਾਂਗੇ, ਠੀਕ ਹੈ ਨਾ। ਸੋ ਤੁਸੀਂ ਕਿਹਾ ਸੀਗਾ, ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਸਾਡੀ ਬੇਅਦਬੀ ਦੇ ਮਾਮਲੇ ਨੇ ਅਸੀਂ ਜਿਹੜੇ ਹੈ 24 ਘੰਟੇ 'ਚ ਉਹਨੂੰ ਸਜ਼ਾ ਦਵਾ ਦਾਂਗੇ। 24 ਘੰਟੇ ਛੱਡੋ, 24 ਮਹੀਨੇ ਬੀਤ ਗਏ, ਹੁਣ ਤੱਕ ਤੁਸੀਂ ਸਜ਼ਾ ਦਵਾ ਨਹੀਂ ਪਾਏ। ਸੋ ਕੇਜਰੀਵਾਲ ਸਾਹਿਬ ਮਾਨ ਸਾਹਿਬ ਗਾਲੇ ਦਿਲ ਬਿਲਾਣੇ ਕੇ ਲਈ ਖਿਆਲ ਅੱਛਾ ਹੈ, 13-0 ਕਹੀ ਜਾਓ, ਹੁਣ ਉਲਟਾ 0 ਰਹਿਣੀ ਆਪ ਪਾਸੇ ਤੇ 13 ਸੀਟਾਂ ਜਿਹੜੀ ਵਿਪਕਸ਼ੀਆਂ ਨੇ ਲੈ ਜਾਣੀਆਂ। ਜੋਸ਼ੀ ਜੀ, ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਆਪਣਾ ਕੁਨਬਾ ਕਾਫੀ ਵੱਡਾ ਕਰ ਲਿਆ ਹੈ। ਤੁਸੀਂ ਦੇਖੋ ਪਿਛਲੇ 1.5-2 ਸਾਲ ਦੇ ਵਿੱਚ ਬਹੁਤ ਸਾਰੇ ਲੀਡਰ ਤੁਹਾਡੇ ਕੁਨ ਵਿੱਚ ਸ਼ਾਮਿਲ ਹੋਏ ਨੇ, ਲੇਕਿਨ ਉਹਦੀ ਇੱਕ ਖਾਸੀਅਤ ਇਹ ਹੈ ਕਿ ਜ਼ਿਆਦਾਤਰ ਲੀਡਰ ਤੁਸੀਂ ਕਾਂਗਰਸ ਤੇ ਪਹੁੰਚ ਕੀਤੇ ਹੋਏ ਨੇ। ਐਲੀਗੇਸ਼ਨ ਇਹ ਲੱਗ ਰਹੇ ਨੇ ਕਿ ਤੁਹਾਡੇ ਕੋਲ ਲੀਡਰ ਨਹੀਂ, ਤੁਸੀਂ ਆਲੇ ਦੁਆਲੇ ਦੇ ਲੀਡਰਾਂ ਨੂੰ ਚੱਕ ਕੇ ਆਪਣੀ ਟੀਮ 'ਚ ਖੜਾ ਕਰ ਰਹੇ ਹੋ, ਤੇ ਖਾਸ ਕਰ ਉਹ ਲੀਡਰ ਵੀ ਆ ਰਹੇ ਨੇ ਜਿਨ੍ਹਾਂ ਨੇ ਤੁਹਾਡੇ ਤੇ ਕੋਈ ਬੜਾ ਸੀਰੀਅਸ ਐਲੀਗੇਸ਼ਨ ਲਾਏ ਸੀ ਕਿ ਦੇਖੋ ਸਾਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਸ਼ੀਤਲ ਲੰਗੁਰਾਲ ਨੂੰ ਵੀ ਤੁਸੀਂ ਪਾਰਟੀ ਦੇ ਵਿੱਚ ਲੈ ਲਿਆ, ਜਿਹਨੇ ਕਿਹਾ ਸੀ ਮੈਨੂੰ 25 ਕਰੋੜ ਆਫਰ ਹੋਇਆ। ਦੇਖੋ ਗੱਲ ਇਹ ਹੈ ਕਿ ਵੀ ਬੀਜੇਪੀ ਦਾ ਪਰਿਵਾਰ ਵੱਧ ਰਿਹਾ, ਔਰ ਪਰਿਵਾਰ ਜਦ ਵੱਧਦਾ ਹੈ ਤੇ ਸਮਾਜ 'ਚ ਜਿਹੜੇ ਇਸਟੈਬਲਿਸ਼ ਲੀਡਰ ਨੇ, ਇਸਟੈਬਲਿਸ਼ ਲੋਕ ਨੇ, ਜੇ ਉਹ ਬੀਜੇਪੀ ਦੀ ਪਾਲਿਸੀਜ਼ ਦੇ ਨਾਲ ਜੁੜਦੇ ਨੇ ਜਾਂ ਉਹਨੂੰ ਅੱਛਾ ਮੰਨਦੇ ਨੇ ਤੇ ਬੀਜੇਪੀ ਦੀ ਮੈਂਬਰਸ਼ਿਪ ਲੈਂਦੇ, ਮਾੜਾ ਕੀ ਹੈ। ਹੁਣ ਕੈਪਟਨ ਅਮਰਿੰਦਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਿਆਸੀ ਕਦ ਰੱਖਦੇ ਨੇ, ਠੀਕ ਹੈ। ਜੇ ਕੈਪਟਨ ਸਾਹਿਬ ਨੂੰ ਲੱਗਿਆ ਕਿ ਬੀਜੇਪੀ ਚੰਗੀ ਪਾਰਟੀ ਹੈ, ਮੋਦੀ ਚੰਗਾ ਕੰਮ ਕਰਨ 'ਚ ਮਾੜਾ ਕੀ ਹੈ, ਜਬ ਜਾਗੋ ਤਾਂ ਵੀ ਸਵੇਰਾ, ਠੀਕ ਹੈ। ਇਸ ਤਰ੍ਹਾਂ ਕਰਕੇ ਕਈ ਸਾਰੇ ਸਾਡੇ ਹੋਰ ਲੀਡਰ ਨੇ ਪੰਜਾਬ ਦੇ ਜਿਹੜੇ ਬੀਜੇਪੀ 'ਚ ਆ ਗਏ ਨੇ, ਠੀਕ ਹੈ ਨਾ। ਜੇ ਉਹ ਕਾਂਗਰਸ ਤੋਂ ਨੇ ਜਾਂ ਹੋਰ ਪਾਰਟੀਆਂ ਤੋਂ ਨੇ, ਠੀਕ ਹੈ, ਜੇ ਤਾਂ ਉਹ ਜਾਗ ਰਹੇ ਨੇ 'ਚ ਮਾੜਾ ਕੀ ਹੈ ਜੀ, ਠੀਕ ਹੈ। ਉਹ ਇਹ ਤਾਂ ਨਹੀਂ ਕਹਿ ਰਹੇ ਬੀਜੇਪੀ ਮਾੜੀ, ਉਹ ਕਹਿੰਦੇ ਬੀਜੇਪੀ ਚੰਗੀ ਹੈ, ਮੋਦੀ ਜੀ ਚੰਗੇ ਨੇ, ਤਾਂ ਸਾਨੂੰ ਉਹਦਾ ਸਵਾਗਤ ਹੈਗਾ। ਜਦ ਦਿਲ ਬਦਲਿਆ ਚੰਗੀ ਗੱਲ ਹੈ। ਜਿੱਥੇ ਤੱਕ ਗੱਲ ਹੈਗੀ ਹੈ ਸ਼ੀਤਲ ਉਂਗਰਾਲ ਦੀ, MLA ਦੀ, ਹੁਣ ਸ਼ੀਤਲ ਉਂਗਰਾਲ MLA ਨੇ ਦੀ ਹਿੰਮਤ ਦੇਖੋ, 92 MLA ਹੈਗੇ ਨੇ ਆਮ ਆਦਮੀ ਪਾਰਟੀ ਕੋਲ ਪੰਜਾਬ 'ਚ, ਬਰੂਟ ਮੈਜੋਰਟੀ ਹੈ, ਕੁਛ ਨਹੀਂ ਕੋਈ ਇਹਦਾ ਕਰ ਸਕਦਾ, ਠੀਕ ਹੈ। ਉਹ 'ਚ ਜੇ 1 MLA ਅਸਤੀਫਾ ਵੀ ਦੇ ਦੂਗਾ ਤਾਂ ਸਰਕਾਰ 'ਤੇ ਕੋਈ ਅਸਰ ਪੈਣ ਵਾਲਾ, ਠੀਕ ਹੈ। ਔਰ ਉਸ MLA ਨੂੰ ਨਹੀਂ ਪਤਾ, ਉਹ MLA 2 ਸਾਲ 'ਚ ਇੰਨਾ ਤੰਗ ਹੋ ਗਿਆ ਕਿ ਉਹਨੇ ਅਸਤੀਫਾ ਦੇਤਾ। ਅਸਤੀਫਾ ਦੇਣ ਤੋਂ ਬਾਅਦ ਪਾਰਟੀ ਆਫਿਸ 'ਚ ਪ੍ਰੈਸ ਕਾਨਫਰੰਸ ਕਰਕੇ ਉਹਨੇ ਬੋਲਿਆ ਕਿ ਜਦ ਜਿਹੜਾ ਓਪਰੇਸ਼ਨ ਲੋਟਸ ਐਲੀਗੇਸ਼ਨ ਸੀਗਾ, ਇਹਨਾਂ ਨੇ ਸਾਨੂੰ ਬੁਲਾਇਆ, ਉਹਨਾਂ ਨੇ ਹਰਪਾਲ ਚੀਮਾ ਜੀ ਦਾ ਨਾਂ ਲਿਆ, ਉਹਨਾਂ ਦੇ ਕੋਠੀ 'ਤੇ ਬੁਲਾਇਆ, ਸਾਨੂੰ ਕਿਹਾ ਗਿਆ ਤੁਸੀਂ ਇਹ ਕਹਿਣਾ, 2-3 ਤਾਂ ਉੱਥੋਂ MLA ਭੱਜ ਗਏ ਕਿ ਅਸੀਂ ਨਹੀਂ ਕਹਿਣੀ ਇਹ ਗੱਲ। ਫਿਰ ਇਹਨੂੰ ਉਹਨਾਂ ਨੇ ਤਿਆਰ ਕੀਤਾ, ਇਸ ਤੋਂ ਫਿਰ DGP ਨੂੰ ਉਹ ਦਵਾਈ, ਐਪਲੀਕੇਸ਼ਨ ਦਵਾਈ, ਉਹ ਆਪ ਕਹਿ ਰਿਹਾ ਕਿ ਧੱਕੇ ਨਾਲ ਦਵਾਈ ਲਿਖੀ ਇਹਨਾਂ ਨੇ, ਮੈਂ ਇਕੱਲੀ ਸਾਈਨ ਕੀਤੀ ਸੀਗੀ, ਉਹ ਆਪ ਇਹ ਗੱਲ ਕਹਿ ਰਿਹਾ। ਔਰ ਜਿਹੜੀ ਐਪਲੀਕੇਸ਼ਨ ਦਿੱਤੀ ਵੀ ਸੀ ਓਪਰੇਸ਼ਨ ਲੋਟਸ, ਸਾਲ ਉੱਪਰ ਹੋ ਗਿਆ, ਹੁਣ ਤਾਂ ਕੋਈ ਕਾਰਵਾਈ ਹੋਈ, ਕੁਛ ਵੀ ਨਹੀਂ ਹੋਈ। ਪੰਜਾਬ 'ਚ ਪੁਲਿਸ ਕਿਹਦੀ ਹੈ? ਭਗਵੰਤ ਮਾਨ ਸਾਹਿਬ ਦੀ ਹੈ, ਹੋਮ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ। ਹੁਣ ਤੱਕ ਆਮ ਆਦਮੀ ਪਾਰਟੀ ਹੈ, ਹੁਣ ਤੱਕ ਕਿਉਂ ਨਹੀਂ ਕਾਰਵਾਈ ਹੋਈ? ਕਿਉਂਕਿ ਹੈ ਹੀ ਨਹੀਂ ਓਪਰੇਸ਼ਨ ਲੋਟਸ ਨਾਂ 'ਚ। ਦਿੱਲੀ 'ਚ ਆਤਿਸ਼ੀ ਵਾਰ ਵਾਰ ਓਪਰੇਸ਼ਨ ਲੋਟਸ ਦੀ ਗੱਲ ਕਰਦੀ ਹੈ, ਅਤੇ ਦਿੱਲੀ 'ਚ ਜਦ ਦਿੱਲੀ ਪੁਲਿਸ ਨੇ ਕਿਹਾ ਸਾਨੂੰ ਸਾਕਸ਼ ਦੇ ਦਿਓ, ਪਰੂਫ ਦੇ ਦਿਓ, ਅਸੀਂ ਪਰਚਾ ਦਰਜ ਕਰਨਾ, ਪਰੂਫ ਦਿੱਤੇ ਨਹੀਂ ਕਿ ਉਹ ਪਰੂਫ ਹੋਣਗੇ ਤਾਂ ਦੇਣਗੇ, ਠੀਕ ਹੈ ਨਾ। ਇਹ ਤਾਂ ਝੂਠ ਬੋਲ ਕੇ ਹੈਡਲਾਈਨਸ ਲੈਣੀ ਇਹੀ ਕੰਮ ਵਾਰ ਵਾਰ ਕਰਦੇ ਨੇ। ਆਮ ਆਦਮੀ ਪਾਰਟੀ ਝੂਠ ਦੇ ਬੁਨਿਆਦ ਦੇ ਉੱਪਰ ਖੜੀ ਹੋਈ ਪਾਰਟੀ, ਝੂਠ ਦੀ ਬੁਨਿਆਦ ਕਿਉਂ ਕਹਿਣਾ? ਇਹਨਾਂ ਨੇ ਕਿਹਾ ਅਸੀਂ ਜਿਹੜਾ ਹੈਗਾ ਪੰਜਾਬ ਦੇ ਅੰਦਰ ਕਰਜ਼ਾ ਮਾਫ਼ ਕਰਾਂਗੇ, ਨਹੀਂ ਕੀਤਾ। ਇਹਨਾਂ ਨੇ ਕਿਹਾ ਅਸੀਂ ਨਸ਼ਾ ਖਤਮ ਕਰਾਂਗੇ, ਨਹੀਂ ਕੀਤਾ। ਭੈਣਾਂ ਨੂੰ 1,000 ਰੁਪਏ ਦੇਵਾਂਗੇ, ਨਹੀਂ ਦਿੱਤਾ, ਠੀਕ ਹੈ। ਇਹਨਾਂ ਨੇ ਜੋ ਵਾਅਦੇ ਕੀਤੇ ਉਹ ਝੂਠ ਦੀ ਬੁਨਿਆਦ ਹੋ ਗਈ ਨਾ, ਹੁਣ ਝੂਠ, ਕਿਉਂਕਿ ਪੂਰੇ ਨਹੀਂ ਝੂਠ ਦੀ ਬੁਨਿਆਦ ਹੋਈ, ਕਿਉਂਕਿ ਝੂਠ ਦੀ ਬੁਨਿਆਦ 'ਤੇ ਖੜ੍ਹੇ ਨੇ। ਸੋ ਉਹ ਦਿਨ ਦੂਰ ਨਹੀਂ ਹੈ, ਮੈਨੂੰ ਲੱਗਦਾ ਪੰਜਾਬ ਦੇ ਅੰਦਰ 13-0 ਹੋਏਗਾ, 0 ਆਮ ਆਦਮੀ ਪਾਰਟੀ ਔਰ 13 ਜਿਹੜੀ ਬੀਜੇਪੀ ਦੇ ਖਾਤੇ 'ਚ ਪਏਗਾ। ਜੇ ਬੀਜੇਪੀ 'ਤੇ ਪੂਰਾ ਨਾ ਵੀ ਪਿਆ ਤਾਂ ਬੀਜੇਪੀ ਔਰ ਵਿਪਕਸ਼ ਦੇ ਖਾਤੇ ਪਏਗਾ। ਅਸੀਂ ਇਸ ਇੰਟਰਵਿਊ ਦੀ ਸ਼ੁਰੂਆਤ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੀਤੀ ਸੀ, ਆਖਿਰ ਦੇ ਵਿੱਚ ਇੱਕ ਕਲੈਰੀਫਿਕੇਸ਼ਨ ਤੁਹਾਡੇ ਵੱਲੋਂ ਅਸੀਂ ਚਾਹਾਂਗੇ ਕਿ ਇਹ ਜੋ ਕੁਛ ਹੋ ਰਿਹਾ ਜਿੱਥੇ ਵੀ ਤੁਸੀਂ ਜਾਓ ਭਾਰਤੀ ਜਨਤਾ ਪਾਰਟੀ ਦਾ, ਹੁਣ ਤਾਂ ਵਿਰੋਧ ਤਾਂ ਖੈਰ
ਕਰਮਜੀਤ ਅਨਮੋਲ ਹੋਰਾਂ ਦਾ ਵੀ ਹੋਇਆ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਹੋ ਰਿਹਾ, ਇਸ ਵਿਰੋਧ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਚੋਣਾਂ ਦਾ ਵੇਲਾ ਹੈ, ਲੋਕਾਂ ਦੇ ਹੱਥ ਦੇ ਵਿੱਚ ਕਿਸ ਨੂੰ ਚੁਣਨਾ, ਕਿਸ ਨੂੰ ਨਹੀਂ ਚੁਣਨਾ, ਕਿਸ ਨੂੰ ਰਿਜੈਕਟ ਕਰਨਾ? ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਚਾਹੇ ਕਿਸਾਨ ਜਥੇਬੰਦੀਆਂ, ਚਾਹੇ ਮੁਲਾਜ਼ਮ ਜਥੇਬੰਦੀਆਂ, ਚਾਹੇ ਹੋਰ ਜਥੇਬੰਦੀਆਂ ਨੇ, ਧਰਨਾ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ, ਤੁਸੀਂ ਵੀ ਕਰੋ, ਅਸੀਂ ਰੋਕ ਦੇਣੀ। ਕਾਲੇ ਝੰਡੇ ਕਿਸੇ ਨੂੰ ਦਿਖਾਉਣੇ ਦਿਖਾਓ, ਅਸੀਂ ਰੋਕ ਦੇਣੀ, ਪਰ ਕਾਨੂੰਨ ਦੇ ਦਾਇਰੇ 'ਚ ਬਹਿ ਕੇ ਕਰੋ। ਔਰ ਖਾਸ ਕਰਕੇ ਕਿਸੇ ਪੋਲੀਟੀਕਲ ਪਾਰਟੀ, ਖਾਸ ਕਰਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ, ਭਗਵੰਤ ਮਾਨ ਦੇ ਜਿਹੜੇ ਸਿਆਸੀ ਮੰਤਵ ਪੂਰੇ ਨਾ ਕਰੋ, ਉਹਦੇ ਹੱਥ ਟੋਕੇ ਨਾ ਭਰੋ, ਜਾਗੋ। ਮੈਨੂੰ ਕਿਸਾਨ ਜਥੇਬੰਦੀ ਨੂੰ ਬੇਨਤੀ ਹੈ ਕਿ ਕਿਸਾਨ ਤੁਹਾਡੇ ਨਾਲ ਨਹੀਂ ਹੈ, ਚਲੋ ਜਥੇਬੰਦੀ ਕਿਸਾਨ ਦੀ ਹੈ, ਮੈਂ ਕਹਿੰਦਾ ਜਾਗੋ। ਜਾਗੋ ਇਸ ਲਈ ਕਿ ਹਰਿਆਣਾ 'ਚ ਭਾਜਪਾ ਦਾ ਰਾਜ ਹੈ, 14 ਫਸਲਾਂ 'ਤੇ MSP ਮਿਲਦੀ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਦਾ ਰਾਜ ਹੈ, 2 ਫਸਲਾਂ 'ਤੇ MSP ਮਿਲਦੀ ਹੈ, ਹਰਿਆਣਾ 'ਚ BJP ਦੇ ਰਾਜ ਹੈ, 23 ਸਬਜ਼ੀਆਂ ਦੇ ਉੱਪਰ MSP ਮਿਲਦੀ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਰਾਜ ਹੈ, ਕਿਸੇ ਸਬਜ਼ੀ 'ਤੇ MSP ਨਹੀਂ ਮਿਲਦੀ। ਰਾਜਸਥਾਨ ਦੇ ਅੰਦਰ ਭਾਜਪਾ ਦਾ ਰਾਜ ਹੈ, 125 ਰੁਪਏ ਕਣਕ ਦੇ ਉੱਪਰ MSP ਦੇ ਨਾਲ ਬੋਨਸ ਦੇ ਰਹੇ ਨੇ, ਪੰਜਾਬ 'ਚ ਆਮ ਆਦਮੀ ਪਾਰਟੀ ਦਾ ਰਾਜ ਹੈ, ਸਿਰਫ ਕਣਕ MSP ਚੱਕੀ ਜਾ ਰਹੀ ਹੈ, 125 ਰੁਪਏ ਬੋਨਸ ਇੱਥੇ ਨਹੀਂ ਦਿੱਤਾ ਜਾ ਰਿਹਾ। ਸੋ ਮੇਰੀ ਬੇਨਤੀ ਹੈ ਸਾਰੇ ਕਿਸਾਨ ਜਥੇਬੰਦੀਆਂ ਨੂੰ, ਜਾਗੋ ਜਾਗੋ ਜਾਗੋ, ਆਪਣੀ ਕਿਸਾਨ ਜਥੇਬੰਦੀ ਨੂੰ ਬਦਨਾਮ ਨਾ ਕਰੋ, ਭਗਵੰਤ ਮਾਨ ਦੇ ਹੱਥ ਟੋਕੇ ਨਾ ਬਣੋ। ਵਿਨੀਤ ਜੋਸ਼ੀ ਜੀ, ਜਿਨ੍ਹਾਂ ਦਾ ਐਲੀਗੇਸ਼ਨ ਇਹ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ, ਉਹ ਦਰਅਸਲ ਆਮ ਆਦਮੀ ਪਾਰਟੀ ਦਾ ਜਿਹੜਾ ਮੰਤਵ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ, ਉਹਨਾਂ ਦਾ ਐਲੀਗੇਸ਼ਨ ਹੈ। ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿਸਾਨ ਜਥੇਬੰਦੀਆਂ ਨੂੰ ਸੰਬੋਧਿਤ ਕਰਦੇ ਹੋਇਆ ਇਹ ਕਿ ਤੁਸੀਂ ਥੋੜ੍ਹਾ ਜਿਹਾ ਪੜੋਸੀ ਜਿਹੜਾ ਗਵਾਂਢੀ ਸੂਬਾ ਹੈ ਹਰਿਆਣਾ, ਉਹਦੇ ਵਿੱਚ ਦੇਖੋ ਤੁਸੀਂ 14 ਫਸਲਾਂ ਦੇ ਵਿੱਚ MSP ਤੁਹਾਨੂੰ ਮਿਲਦਾ, ਪੰਜਾਬ ਦੇ ਵਿੱਚ ਕਿਉਂ ਨਹੀਂ ਮਿਲਦਾ? ਇਹ ਵੱਡਾ ਸਵਾਲ ਉਹਨਾਂ ਨੇ ਕੀਤਾ ਹੈ। ਪੰਜਾਬ ਦੇ ਵਿੱਚ ਫਿਲਹਾਲ 2 ਹੀ ਫਸਲਾਂ ਨੂੰ MSP ਮਿਲਦਾ ਹੈ, ਤਾਂ ਉਹ ਵੀ ਸੈਂਟਰ ਦੀ ਭਾਜਪਾ ਸਰਕਾਰ ਦਿੰਦੀ ਹੈ। ਇਹ ਇਹਨਾਂ ਦੇ ਸਵਾਲ ਹੈ ਭਾਰਤੀ ਜਨਤਾ ਪਾਰਟੀ ਦੇ, ਜਿਹੜੇ ਉਹਨਾਂ ਨੇ ਕਿਸਾਨ ਜਥੇਬੰਦੀਆਂ 'ਤੇ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਪੁੱਛੇ ਨੇ। ਤੁਸੀਂ ਦੇਖਦੇ ਰਹੋ ਪੰਜਾਬ ਤੱਕ।